बीबी है जौलिया पिंड दी हरभजन कौर आ जाओ जी। इस बीबी नूं डराउंदे आ आ पुछो कहिंदे तू कल्ली बोलदी आ पंथ दे हक च तेरा कल्ला मुंडा मार देंगे आ पुछो भी मैनूं गुरु गोबिंद सिंह ने चार बच्चे वाले ने मैं पाऊंगा तेरे एक बार तो मैनूं बोले बीबी जंगीर कौर आ रहे ने इथे पहुंचो ते अज जे संगतां पासे बह के भी विचार कर रही ने जान बुझ के आवाजा चक के डिस्टर्ब करदे आ ये चाहुंदे आ माड़ा मोटा हरकत करिए असी ये साढ़े टांगा मार गोलियां चलवाउण इह प्रशासन दे नाल रल के ओह जे बीबी जंगीर कौर च सच है ओनू कहो चार सवाल जिहड़े पुछे सी उन्हां दा अज जवाब लैके आउंदी पंथ दी कचहरी च जंगीर कौर श्रोमणी कमेटी दे ने जिहड़े बेचारे पैसे दे लई चलो सब दी रोजी रोटी है हुण असीं इन्हां नाल लड़ांगे असीं अपने भरावां नाल लड़ांगे असीं एडे मूर्ख नहीं बीबी जंगीर कौर नूं कहिंदे आ ओह सुखबीर नूं कहिंदे आ जिहड़ा आरएसएस दा एजेंट है जिहड़ा सौदा साध दा चेला है ओह सुखबीर जे तां मैं चैलेंज करके आ जा बह के डिबेट करांगे जिथे मर्जी आ जा सारे प्रेस नूं बेनती है सुखबीर नूं चैलेंज करदा जंगीर कौर नूं चैलेंज करदा साडे नाल पंथक इशू दे उत्ते बह के डिबेट कर लैण अज जिहड़ा इन्हां ने पंथक रवायतां दा घाण कीता पिंड दा इच कोई कसूर नहीं पिंड वाले बेचारियां नूं विच बगला लिया वैसे पिंड नूं है जूझ कर रहे ने पिंड नूं बेकसूर लोकां नूं जूझ कर रहे ने उन्हां नूं पिंड नूं पता नहीं लग रहा भी इह खेड की रहे ने गेम जदों ਕਿਤੇ ਵੀ ਕੋਈ ਪੰਥਕ ਮਸਲਾ ਹੁੰਦਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਉੱਥੇ ਪੰਥਕ ਰਵਾਇਤਾਂ ਮੁਤਾਬਕ ਵਿਚਾਰਾਂ ਹੁੰਦੀਆਂ ਨੇ ਪਰ ਇਹ 10 ਵਜੇ ਤੋਂ ਪਹਿਲਾਂ ਜਾਣ ਬੁੱਝ ਕੇ ਇਹਨਾਂ ਨੇ ਪਹਿਲਾਂ ਹੀ ਅਰਦਾਸ ਕਰਵਾਤੀ ਤੇ ਹੁਣ ਕੀ ਹੋ ਗਿਆ ਹੁਣ ਉੱਥੇ ਪੰਥਕ ਜਥੇਬੰਦੀਆਂ ਨੂੰ ਬਹਿ ਕੇ ਵਿਚਾਰ ਕਰਨ ਦੇਣ ਇਹ ਉਹੀ ਮਸੰਦ ਨੇ ਜਿਹੜੇ ਨੌਵੇਂ ਪਾਤਸ਼ਾਹ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਸੀ ਬਣਨ ਦਿੰਦੇ ਅੱਜ ਮਸੰਦਾਂ ਦੀ ਔਲਾਦ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖਾਂ ਨੂੰ ਦਰਬਾਰ ਸਾਹਿਬ 'ਚ ਨਹੀਂ ਬੈਠਣ ਦਿੰਦੀ ਜਦੋਂ ਮੈਂ ਮੱਥਾ ਟੇਕਣ ਗਿਆ ਤਾਂ ਇੱਦਾਂ ਇੱਕ ਦੂਜੇ ਦੇ ਹੱਥ ਫੜ ਕੇ ਖੜਿਆ ਗਿਆ ਕਿਤੇ ਇੱਥੇ ਬੈਠ ਨਾ ਜਾਵੇ ਅਸੀਂ ਗੁਰੂ ਦੇ ਸਿੱਖ ਹਾਂ ਉਹ ਤੁਸੀਂ ਸੌਦਾ ਸਾਧ ਦੇ ਚੇਲੇ ਹੋ ਸਾਨੂੰ ਸਾਫ਼ ਪਤਾ ਜਿਨ੍ਹਾਂ ਨੇ ਗੁਰੂ ਸਰ ਦੇ ਵਿੱਚ ਬੇਅਦਬੀਆਂ ਕਰਵਾਈਆਂ ਉਹਨਾਂ ਸੌਦਾ ਸਾਧ ਦੇ ਚੇਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤਾ ਭਾਈਕਾ ਦੇ ਵਿੱਚ ਉਹਨਾਂ ਚਿਰ ਦੁਕਾਨਾਂ ਦੇ ਹੀ ਰੱਖੀਆਂ ਜਿਨ੍ਹਾਂ ਚਿਰ ਅਸੀਂ ਇਹਨਾਂ ਦਾ ਜਲੂਸ ਨਹੀਂ ਕੱਢਿਆ ਗਦਾਰਾਂ ਦਾ ਇਹਨਾਂ ਟੋਕਰਿਆਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਤਤਪਰ ਹੋ ਜਾਓ ਇੱਕ ਮੁੱਠ ਹੋ ਜਾਓ ਜਾਣ ਬੁੱਝ ਕੇ ਮੈਕ ਦੀਆਂ ਸਪੀਡਾਂ ਫੁੱਲ ਕਰਦੇ ਆ ਇੱਥੇ ਸਾਰੀ ਸੰਗਤ ਬੈਠੀ ਹੈ ਬੈਠ ਕੇ ਸਮੁੱਚੇ ਰੂਪ 'ਚ ਫੈਸਲਾ ਲਵਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਾਡੇ ਸਬਰ ਨੂੰ ਨਾ ਪਰਖੋ ਉਹ ਬਾਦਲ ਕੇ ਏਜੰਟੋ ਸੁਖਬੀਰ ਆ ਸੰਗਤ ਓਏ ਆਪਣੇ ਮੁਲਾਜ਼ਮਾਂ ਰਾਹੀਂ ਸਾਡੇ ਨਾਲ ਕਹਿ ਤਵਾ ਰਹੇ ਹੈ ਤੂੰ ਆਪ ਆ ਜਾ ਸੁਖਬੀਰ ਤੇਰੇ ਪਿਓ ਨੇ ਵੀ ਬਹੁਤ ਮੁੰਡੇ ਮਰਵਾਏ ਨੇ ਤੂੰ ਉਹਨੂੰ ਭੇਜ ਸਿੱਧਾ ਕਿਉਂ ਇੱਥੇ ਆਹ ਜਿਹੜੇ ਬੇਚਾਰੇ 10-10, 20-20 ਹਜ਼ਾਰ ਰੁਪਏ ਰੋਟੀ ਰੋਟੀ ਪਿੱਛੇ ਤੁਹਾਡੀ ਡਿਊਟੀ ਕਰਦੇ ਆ ਇਹਨਾਂ ਨੂੰ ਸਾਡੇ ਮੂਹਰੇ ਕਿਉਂ ਕਰਦੇ ਜੇ ਤੇਰੇ 'ਚ ਹਿੰਮਤ ਹੈ ਬਹਿ ਕੇ ਸਾਡੇ ਨਾਲ ਡਿਬੇਟ ਕਰ ਜਿੱਥੇ ਮਰਜ਼ੀ ਰੱਖ ਲੈ ਸੁਖਬੀਰ ਜਾਂ ਬੀਬੀ ਜੰਗੀਰ ਕੌਰ ਜੇ ਸੱਚ ਹੁੰਦਾ ਇੱਥੇ ਸਵਾਲਾਂ ਦੇ ਜਵਾਬ ਲੈ ਕੇ ਆਉਂਦੀ ਜਵਾਬ ਲੈਣ ਦੀ ਥਾਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਇਸ ਜੌਲੀਆਂ ਪਿੰਡ ਨੂੰ ਵਿਸ਼ਵ ਪੱਧਰ ਤੇ ਸ਼੍ਰੋਮਣੀ ਕਮੇਟੀ ਬੜੀ ਪਲੈਨਿੰਗ ਤਹਿਤ ਬਦਨਾਮ ਕਰਾ ਰਹੀ ਹੈ ਲੋਕਾਂ 'ਚ ਇਹ ਮੈਸੇਜ ਚਲਿਆ ਜਾ ਰਿਹਾ ਹੈ ਕਿ ਜੌਲੀਆਂ ਵਾਲੇ 10 ਲੱਖ 'ਚ ਵਿਕੇ ਪਰ ਮੈਂ ਤੁਹਾਨੂੰ ਦੱਸਦਾ ਜੌਲੀਆਂ ਵਾਲੇ ਨਹੀਂ ਵਿਕੇ ਹੋਣਗੇ ਕੁਝ ਚਮਚੇ ਇਹਨਾਂ ਦੇ ਗਦਾਰ ਟੋਕਰੇ ਪਰ ਸਾਰਾ ਪਿੰਡ ਨਹੀਂ ਵਿਕਿਆ ਅਸੀਂ 6 ਉਹਨਾਂ ਨੌਜਵਾਨਾਂ ਨੂੰ ਸਲਿਊਟ ਕਰਦੇ ਹਾਂ ਜਿਨ੍ਹਾਂ ਨੇ ਮੱਚ ਦੇ ਭਾਂਬੜ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਕੱਢੇ ਆ ਆਹ ਬੀਬੀਆਂ ਉੱਥੋਂ ਦੀਆਂ ਆ ਜਾਓ ਭੈਣ ਜੀ ਆਹ ਬੀਬੀ ਆ ਜੌਲੀਆਂ ਪਿੰਡ ਦੀ ਹਰਭਜਨ ਕੌਰ ਆ ਜਾਓ ਜੀ ਇਸ ਬੀਬੀ ਨੂੰ ਡਰਾਉਂਦੇ ਆ ਆ ਪੁੱਛੋ ਕਹਿੰਦੇ ਤੂੰ ਕੱਲੀ ਬੋਲਦੀ ਆ ਪੰਥ ਦੇ ਹੱਕ 'ਚ ਤੇਰਾ ਕੱਲਾ ਮੁੰਡਾ ਮਾਰ ਦੇਾਂਗੇ ਆ ਪੁੱਛੋ ਬੀਬੀ ਹਰਭਜਨ ਕੌਰ ਜਿਹੜੀ ਜੌਲੀਆਂ ਪਿੰਡ ਦੀ ਹੈ ਦਿਓ ਜੀ ਬਿਆਨ ਉੱਚੀ ਕੌਣ ਕਹਿੰਦੇ ਬੀਬੀ ਮਾਮਲਾ ਤੁਹਾਨੂੰ ਕੌਣ ਤੁਹਾਡੇ ਬੱਚੇ ਸੁਣਿਓ ਧਿਆਨ ਨਾਲ ਵੀਰ ਸਾਰੀ ਮਤਲਬ ਗੱਲਾਂ ਕਰਾਈ ਤੈਨੂੰ ਕੱਲੇ ਨੂੰ ਕੀ ਲੋੜ ਆ ਕਹਿਣ ਦੀ ਹੈ ਨਾ ਤੁਹਾਡੇ ਪਿੰਡ ਵਾਲੇ
ਹਾਂ ਜੀ ਸਾਰੇ ਨੇ ਮਤਲਬ ਵਿੱਚ ਵਾਲੇ ਵੀ ਰਹਿੰਦੇ ਵਿੱਚ ਪਾਰਟੀਆਂ ਵਾਲੇ ਨੇ ਵਿੱਚ ਜਥੇਬੰਦੀਆਂ ਵਾਲੇ ਸਾਰੇ ਨੇ ਹਨਾ ਪੁਲਿਸ ਵੀ ਕਹਿੰਦੀ ਨਹੀਂ ਨਹੀਂ ਪੁਲਿਸ ਨਾਲ ਕੋਈ ਓਕੇ ਸੁਣੋ ਤੁਸੀਂ ਇੱਥੇ ਬੰਦੇ ਕਹਿੰਦੇ ਮੁੱਤਬਰ ਕਹਿੰਦੇ ਨੇ ਨਹੀਂ ਵਿੱਚ ਹੈਗੇ ਹੁਣ ਆਪਾਂ ਕਿਹਦਾ ਨਾਮ ਲਈਏ ਹਨਾ ਬਸ ਮੈਂ ਤਾਂ ਕਹਦਾ ਵੀ ਦੇਖੋ ਮੈਂ ਲੜਾਈ ਲੜਨੀ ਹੈ ਨਾ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਚਾਰ ਬੱਚੇ ਵਾਰੇ ਨੇ ਮੈਂ ਕੌਮ ਖਾਤਰ ਇੱਕ ਵਾਰ ਤੋਂ ਮੈਨੂੰ ਬੋਲੇ ਜਨਾਨੀ ਜਦੋਂ ਵੀ ਜੇ ਜੇਲ੍ਹ ਚੋਂ ਬਾਹਰ ਆਉਂਦੀ ਹੈ 5 ਸਾਲ ਨੂੰ 10 ਸਾਲ ਨੂੰ ਜਿਉਂਦੀ ਆਉਂਦੀ ਹੈ ਮੈਂ ਉਸ ਗੱਲ ਨਹੀਂ ਯੋਧੇ ਇਸ ਪਿੰਡ ਦੀਆਂ ਬੀਬੀਆਂ ਮਾਤਾ ਭਾਗ ਕੌਰ ਦੀਆਂ ਬਾਸਾਂ ਇੱਥੇ ਜਿਉਂਦੀਆਂ ਨੇ ਉਹ ਗੁੰਡਿਓ ਉਹ ਬਦਮਾਸ਼ੋ ਏਦਾਂ ਨਹੀਂ ਤੁਹਾਡੀ ਚੱਲਣੀ ਆਹ ਜੌਲੀਆਂ ਪਿੰਡ ਦੀ ਬੀਬੀ ਹੈ ਜਿਹੜੀ ਹਿੱਕ ਠੋਕ ਕੇ ਅੱਜ ਪੰਥ ਨਾਲ ਖੜੀ ਹੈ ਮੈਂ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਹੱਥ ਬੰਨਦਾ ਕਿ ਇਸ ਪਿੰਡ ਨੂੰ ਪੂਰੇ ਨੂੰ ਬਦਨਾਮ ਨਾ ਕਰੋ ਇਹ ਪਿੰਡ ਬਹੁਤ ਚੜ੍ਹਦੀ ਕਲਾ ਵਾਲਾ ਹੈ ਇਸ ਪਿੰਡ ਵਿੱਚ ਯੋਧੇ ਵਸਦੇ ਨੇ ਇਹੋ ਜਿਹੀਆਂ ਬੀਬੀਆਂ ਵਸਦੀਆਂ ਨੇ ਠੀਕ ਹੈ ਉਹ ਗਦਾਰ ਹੈਗੇ ਨੇ ਗਦਾਰਾਂ ਨੂੰ ਆਪਾਂ ਪਛਾਣ ਕਰਨੀ ਹੈ 10 ਲੱਖ ਰੁਪਇਆ ਦੇ ਕੇ ਸਾਰੇ ਪਿੰਡ ਦੀ ਜਵਾਨ ਬੰਦ ਨਹੀਂ ਹੋਣੀ ਇਹ ਪਿੰਡ ਦਾ ਬੱਚਾ ਬੱਚਾ ਬੋਲੂਗਾ ਸਾਰਾ ਪਿੰਡ ਬੋਲੂਗਾ ਇੱਕ ਦਿਨ ਕਿ ਇਹ ਬੀਬੀ ਸਾਡੇ ਨਾਲ ਧੋਖਾ ਕਰਕੇ ਗਈ ਹੈ ਜੰਗੀਰ ਕੌਰ ਮੈਂ ਉਦੋਂ ਹੀ ਕਹਿਤਾ ਸੀ ਇਹਨਾਂ ਨੇ ਮੈਂ ਤਾਂ ਉਦੋਂ ਹੀ ਕਹਿਤਾ ਸੀਗਾ ਮੈਂ ਕਿਹਾ ਮਾਤਾ ਜੀ 10 ਲੱਖ ਨਾਲ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਨਾ ਇਹ ਵੀ ਪੈਸੇ ਨਾਲ ਕੋਈ ਤੁਲਨਾ ਨਹੀਂ ਹੋ ਸਕਦੀ ਭਾਵੇਂ ਤੁਸੀਂ 10 ਕਰੋੜ ਦੇ ਜੋ 10 ਅਰਬ ਦੇ ਜੋ ਸਾਨੂੰ ਇਦਾਂ ਦੇ ਗੁਰੂ ਗ੍ਰੰਥ ਸਾਹਿਬ ਲਿਆ ਦੋ ਸਾਨੂੰ ਅਸੀਂ 10 ਲੱਖ ਦੇ ਦਾਂਗੇ ਅੱਜ ਤਾਂ ਸੇਵਾਦਾਰ ਰੱਬ ਦੇ ਨੀਰੇ ਪਹਿਲਾਂ ਸ਼੍ਰੋਮਣੀ ਕਮੇਟੀ ਲਵੇ ਇੰਨਾ ਫੰਡ ਹੈ ਕਿ ਉਹ ਗੁਰਦੁਆਰਿਆਂ ਦਾ ਜਿਹੜਾ ਢਾਂਚਾ ਸਾਰੇ ਨਿਕਲ ਦਾ ਕੋਈ ਕਸੂਰ ਨਹੀਂ ਨਿਕਲ ਦਾ ਗੁੰਮਰਾਹ ਕੀਤਾ ਜਾਂਦਾ ਹੈ ਨੂੰ ਗੁੰਮਰਾਹ ਕਰੇ ਜਾ ਰਹੇ ਕਿ ਜਦੋਂ ਸਾਨੂੰ ਬੱਚੇ ਨੇ ਚਮਚੇ ਰਹੇ ਨੇ ਪੈਸੇ ਦੀ ਕੋਈ ਵੀ ਲੀਡਰ ਆਉਂਦਾ ਕਹਿੰਦੇ ਵੀ ਸਾਨੂੰ ਕੋਈ ਮਾਇਆ ਚਾਹੀਦੀ ਹੈ ਸਾਡੇ ਜਿੰਨੇ ਵੀ ਮਤਲਬ ਕਿ ਜਥੇਬੰਦੀ ਦੇ ਆਹ ਆਪਣੇ ਕਮੇਟੀ ਦੇ ਪ੍ਰਧਾਨ ਨੇ ਸਾਰੇ ਕਹਿੰਦੇ ਵੀ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਤੁਹਾਡੀ ਆਪਣੀ ਸ਼ਰਤ ਹੈਗੀ ਅਸੀਂ ਕਿਸੇ ਤੋਂ ਇੱਕ ਰੁਪਈਆ ਨਹੀਂ ਮੰਗਣਾ ਹੈਗਾ ਇੱਥੇ ਸਾਡੇ ਬੱਚੇ ਵਿਕਣ ਵਾਲੇ ਕੰਮ ਨਹੀਂ ਨਾ ਕਰਦੇ ਹੈਗੇ ਇਹ ਤਾਂ ਮਤਲਬ ਕਿ ਇਹਨਾਂ ਦੇ ਉੱਤੇ ਜਾਣ ਕੇ ਪ੍ਰੈਸ਼ਰ ਪਾਇਆ ਜਾਂਦਾ ਹੈਗਾ ਵੀ ਖਾਲੀ ਤੁਸੀਂ ਪੈਸੇ ਲੈ ਕੇ ਦੱਬ ਜਾਓਗੇ ਪਰ ਇਹ ਪਿੰਡ ਸਾਡਾ ਪੈਸੇ ਲੈ ਕੇ ਬਿਲਕੁਲ ਵੀ ਦੱਬਣ ਵਾਲਾ ਨਹੀਂ ਹੈਗਾ ਸਿਰਫ ਹੱਕ 'ਤੇ ਅਸੀਂ ਸੱਚ ਨਾਲ ਖੜਿਆਂਗੇ ਵੀ ਜੇ ਉਹਦੀ ਜਾਂਚ ਹੁੰਦੀ ਆ ਠੀਕ ਹੈ ਨਹੀਂ ਅਸੀਂ ਆਪਣੇ ਫੈਸਲੇ ਆਪ ਹੀ ਲੈ ਲਾਂਗੇ ਅੱਜ ਮੈਂ ਕਹਿਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਦੇ ਬਦਮਾਸ਼ਾਂ ਨੇ ਨਲਾਇਕੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦਾ ਕੀਰਤਨ ਹੁੰਦਾ ਵਿਚਾਰਾਂ ਹੁੰਦੀਆਂ ਨੇ ਸਾਡੀ ਪੰਥ ਦੀ ਰਵਾਇਤ ਹੈ ਸਾਰਾ ਪੰਥ ਬੈਠ ਕੇ ਕੋਈ ਵੀ ਮਸਲਾ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵਿਚਾਰਾਂ ਹੁੰਦੀਆਂ ਇਹਨਾਂ ਦੇ ਪਿਓ ਦਾ ਗੁਰੂ ਗ੍ਰੰਥ ਸਾਹਿਬ ਹੈ ਇੱਥੇ ਸਿੱਖਾਂ ਨੂੰ ਬੈਠਣ ਨਹੀਂ ਦਿੱਤਾ ਜਾ ਰਿਹਾ ਆਪ ਮੋਹਰੇ ਜਾਣ ਬੁੱਝ ਕੇ ਆਵਾਜ਼ਾਂ ਚੱਕੀਆਂ ਜਾ ਰਹੀਆਂ ਇਹ ਬਰਦਾਸ਼ਤ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ